अगर आपने हमारे चैनल को सब्सक्राइब नहीं किया है तो इसे सब्सक्राइब कर लें। बठिंडा में कोरोना वार्ड कैदी कोरोना वार्ड से भाग गया। उक्त दोषी जो केंद्रीय जेल बठिंडा बंद था और जिसकी कोरोना रिपोर्ट पॉजिटिव होने के कारण रेड क्रॉस बठिंडा में रखा हुआ था, जो लेडीज बाथरूम के बीच में से दुपट्टों के सहारे लटक कर भाग गया। ਇਹ ਕੈਦੀ ਉੱਥੇ ਜਿਹੜਾ ਰੈੱਡ ਕਰਾਸ ਭਵਨ ਹੈਗਾ ਸਿਵਲ ਹਸਪਤਾਲ ਦੇ ਨਾਲ, ਉੱਥੇ ਕਰੋਨਾ ਪੋਜ਼ੀਟਿਵ ਆਉਣ ਕਰਕੇ ਉੱਥੇ ਦਾਖਲ ਸੀਗਾ ਇਹ। ਅਤੇ ਇਹ ਪਰਸੋਂ ਰਾਤ ਨੂੰ 2:30 ਵਜੇ ਬਾਥਰੂਮ ਦਾ ਸ਼ੀਸ਼ਾ ਤੋੜ ਕੇ ਭੱਜ ਗਿਆ। ਇਹਦੇ 'ਤੇ GRP ਬਠਿੰਡੇ ਵੱਲੋਂ ਜਿਹੜਾ ਪਰਚਾ ਦਿੱਤਾ ਹੋਇਆ ਸੀਗਾ 379-411 ਦਾ, ਅਤੇ ਇਹਦੇ ਕੋਲ ਕੋਈ ਚੁੰਨੀ ਜੀ ਸੀਗੀ ਉਹ ਨਾਲ ਲਾ ਕੇ ਇਹ ਭੱਜ ਗਿਆ। ਅਤੇ ਅਸੀਂ ਇਹਦੇ ਖਿਲਾਫ਼ ਕੇਸ ਰਜਿਸਟਰ ਕਰਤਾ ਹੈਗਾ, ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਅਤੇ 2 ਟੀਮਾਂ ਬਣਾਈਆਂ ਅਲੱਗ ਅਲੱਗ, ਉਹ ਜਿਹੜੀਆਂ ਟਾਵਰ ਲੋਕੇਸ਼ਨ ਲੈ ਕੇ ਇਹਦੀ ਭਾਲ ਕਰ ਰਹੀਆਂ ਸੀ। ਹਾਂਜੀ, GRP ਥਾਣੇ ਦੇ ਵਿੱਚ ਚੋਰੀ ਦਾ ਪਰਚਾ ਦਰਜ ਹੈ ਜੀ, 379-411। ਇਹ ਗਿੱਦੜਵਾ ਸ਼ਹਿਰ ਦਾ ਰਹਿਣ ਵਾਲਾ ਸੀ। अगर आपने हमारे चैनल को सब्सक्राइब नहीं किया है तो इसे सब्सक्राइब कर लें।